ਹੌਣ ਤਾਂ ਜਿੱਧਰੋਂ ਲੰਘ ਜਾਉ ਆਹੀ ਸੁਣਦਾ ਆ ਗਿਆ ਓਏ ਆ ਗਿਆ ਓਏ ਆਪਣਾ ਤਾਂ ਕੰਮੀ ਹੈ ਆਪਣਾ ਕਲਾਕੁਲਾਕਾਰੀ ਨਾਲ ਵਾਲਾ ਮਕਸਦ ਨਹੀਂ ਆ ਪਤਾ ਘੇੜ-ਘੇੜੀ ਦੇਖਣਾ ਵੀ ਆ ਜੋ ਜਿਨੇ ਹੁਣ 12 ਤਰੀਕ 12 ਵਜੇ ਲੋਕਾਂ ਨੇ అలਾਰਮ ਲਾ ਲੇ ਹੋਣੇ ਤੇ ਉਹ ਸਾਰੇ ਐਂ ਸੋਚਦੇ ਆ ਕਿ ਗੀਤ ਯਾਰ ਕਿਤੋਂ ਝਲਕ ਮਿਲ ਜੇ ਸੰਦੀਪ ਇਹ ਗੀਤ ਨਾ ਜਿਵੇਂ ਕੰਬਾਈਨ ਚੱਲਦੀ ਹੈ ਨਾ ਉਹ ਰੜਾਈ ਕਰਦੀ ਜਾਂਦੀ ਹੈ ਸਿਸਟਮ ਉਹੀ ਚੀਜ਼ ਆ ਬਸ ਕਿੰਨਾ ਚਿਰ ਚੱਲਣਾ ਨੇ ਅੰਗਰੇਜ਼ੀ ਤੀਰਮੰਗੂ ਤਾਂ ਨੂੰ ਹੀ ਆਵਾਂਗੇ ਅਸੀਂ ਕੋਈ ਇੱਕ ਦੋ ਹੇਟਰ ਵੀ ਨੇ ਤਾਂ ਮੈਨੂੰ ਲੱਗਦੀ ਵੀ ਉਹ ਹੁਣ ਅੱਖਾਂ ਦੇ ਪੱਟੀ ਬੰਨ ਲਓ ਜਾਂ ਫਿਰ ਕੰਨਾਂ 'ਚ ਰੂੰ ਪਸਾਲ ਲਓ ਕਿਉਂਕਿ ਸੁਣਿਆ ਨਹੀਂ ਜਾਣਾ ਜਦੋਂ ਦੀ ਕਲਮ ਚੁੱਕਰਨੇ ਚੱਕੀ ਕੱਲਾ ਫਿਰਦਾ ਸਭ ਨੂੰ ਧੱਕੀ ਤਾਂ ਮੈਨੂੰ ਲੱਗਦੀ ਵੀ ਰੋਕਿਆ ḍੱਕਿਆ ਕਿਸੇ ਤੋਂ ਜਾਣਾ ਤੋਂ ਕਹਿੰਦਾ ਕਿ ਚੰਨ ਵੀ ਸੁਪਨੇ ਜੀ ਨਹੀਂ ਆਉਂਦਾ ਜੋ ਸਰਹਾਣੇ ਥੱਲੇ ਧਰਦੀਏ ਪਟਾਕਾ ਮੈਨੂੰ ਆਰਟਿਸਟ ਮਿਲੇ ਤੇ ਮੈਂ ਕਿਹਾ ਯਾਰ ਤੁਸੀਂ ਰਿਪਲਾਈ ਦੇ ਬਲੂਈ ਕਿੰਨਿਆਂ ਦਾ ਕਰਦੇ ਹੋ ਕਹਿੰਦੇ ਯਾਰ ਜੇ ਕਿਸੇ ਦਾ ਰਿਪਲਾਈ ਕਰਦੀ ਹੈ ਨਾ ਤੇ ਉਹ ਮਗਰ ਜੇ ਪੈ ਜਾਂਦਾ ਮੈਂ ਕਿਹਾ ਫੇਰ ਤੁਸੀਂ ਬਾਕੀ ਸਿੱਧੂ ਮੂਸੇਵਾਲੇ ਦੇ ਲੈਵਲ ਦੇ ਨਹੀਂ ਹੋ ਸਕਦੇ ਕਿਉਂ ਮਾਰੀਏ ਇਸਕਾ ਕੀ ਕਸੂਰ ਥਾ ਇਸਕਾ ਲੱਖੇ ਸਦਾਣੇ ਨੂੰ ਪੁਲਿਸ ਧੂ ਤੂ ਕੇ ਲੈ ਜਾਂਦੀ ਸੀ ਨਾ ਪਿਛਲੇ ਦਿਨਾਂ ਦੇ ਵਿੱਚ ਇੱਕ ਦੋ ਦਿਨ ਪਹਿਲਾਂ ਦੀ ਗੱਲ ਤਾਂ ਮੈਨੂੰ ਐ ਲੱਗਿਆ ਵੀ ਜੇ ਸਿੱਧੂ ਹੁੰਦਾ ਨਾ ਉੱਥੇ ਕਿਤੇ ਹੂੰ ਤਾਂ ਉਹਨੇ ਹੱਕ ਡਾ ਕੇ ਕਹਿਣਾ ਸੀ ਵੀ ਲੱਖੇ ਨਾਲ ਚਾਹੇ ਮੇਰੇ 100 ਗਿਲੇ ਹੋਣੇ ਪਰ ਪੰਜਾਬੀ ਦਾ ਸਭ ਦੀ ਸਾਂਝੀ ਹੈ ਦੀਵਾਲੀ ਆਈ ਤਾਂ ਮੇਰੇ ਅੱਗੇ ਫੁਟੇਜ ਆ ਗਈ ਅੱਜ ਕਿ ਉਹਦੇ ਵਿੱਚ ਉਹ ਕਹਿ ਰਿਹਾ ਕਿ ਹੈਪੀ ਦੀਵਾਲੀ ਮਾ ਤਾਂ ਮ ਇੱਕ ਅੰਦਰੋਂ ਜਿਹੜੀ ਹੁੰਦੀ ਹੈ ਨਾ ਇੱਕ ਤਾਜ ਹੀ ਨਿਕਲਦੀ ਹੈ ਕਿ ਯਾਰ ਉਹ ਮਾਂ ਨੂੰ ਹੁਣ ਉਸ ਪੁੱਤ ਨੇ ਕਦੇ ਇਹ ਨਹੀਂ ਕਹਣਾ ਵੀ ਹੈਪੀ ਦਿਵਾਲੀ ਇੱਕ ਗੱਲ ਇਹ ਵੀ ਆ ਵੀ ਪਿਛਲੇ ਦਿਨਾਂ ਦੇ ਵਿੱਚ ਇੱਕ ਜਿਹੜੀ ਇੱਥੇ ਗੱਲ ਕਰਨੀ ਬਣਦੀ ਹੈ ਵੀ ਸਿੱਧੂ ਸਾਹਬ ਦੇ ਫਾਦਰ ਨੇ ਬੜੇ ਦੁੱਖ ਦੇ ਨਾਲ ਕਿਹਾ ਕਿ ਉਹ ਤੇ ਫਿਲਮਾਂ ਬਣਾਉਣੀਆਂ ਬੰਦ ਕਰ ਦਿਓ ਕਿਤਾਬਾਂ ਲਿਖਣੀਆਂ ਬੰਦ ਕਰ ਦਿਓ ਇਸ ਗੱਲ ਤੇ ਵੀ ਮੈਂ ਤੁਹਾਡਾ ਜਿਹੜਾ ਵਿਚਾਰ ਆ ਦੇਖੋ ਸਭ ਤੋਂ ਜਿਹੜਾ ਇਹ ਦੁਖਾਂਤ ਹੁੰਦਾ ਨਾ ਕਿਸੇ ਦੇ ਦੁੱਖ ਨੂੰ ਕਮਰਸ਼ੀਅਲਾਈਜ਼ ਕਮਰਸ਼ੀਅਲਾਈਜੇਸ਼ਨ ਕਰਨੀ ਉਹਦੀ ਉਹਨੂੰ ਕਮਰਸ਼ੀਅਲ ਤੌਰ ਤੇ ਉਹਦਾ ਫਾਇਦਾ ਲੈਣ ਦੀ ਮਾਈਲੇਜ ਕਿਉਂਕਿ ਦੇਖੋ ਸਿੱਤੂ ਇੱਕ ਐਸਾ ਵਾਹਿਦ ਨਾਮ ਆ ਪੰਜਾਬ ਦੇ ਵਿੱਚ ਜੇ 100% ਵੀ ਆਪਾਂ ਲਈਏ ਨਾ ਕਿ ਫਿਲਮ ਦੇ ਵਿੱਚ ਮੰਨ ਲਓ ਕਿ ਕਿਸੇ ਕਿਸੇ ਅਨਪ੍ਰੋਫੈਸ਼ਨਲ ਬੰਦੇ ਨੇ ਵੀ ਬਣਾਈ ਤਾਂ ਵੀ ਉਹ ਫਿਲਮ ਜਿਹੜੀ ਆ ਬਹੁਤ ਵੱਡੀ ਸੁਪਰ ਹਿੱਟ ਹੋ ਜੂਗੀ ਇਹ ਇਹ ਵੀ ਮੰਨ ਕੇ ਚੱਲੋ ਇਹ ਵੀ ਨਹੀਂ ਪਤਾ ਕਿ ਕਰੋਨਾ ਦੇ ਵਿੱਚ 100 ਕਰੋੜ ਦਾ ਇਹ ਬਿਜ਼ਨਸ ਕਰ ਦੇ ਕਿਉਂਕਿ ਏਡਾ ਵੱਡਾ ਨਾਮ ਸੀ ਪਰ ਆ ਮੌਕਾ ਨਹੀਂ ਫਿਲਮ ਮੈਂ ਕਹਿੰਦਾ ਜ਼ਰੂਰ ਬਣਨੀ ਚਾਹੀਦੀ ਸਤੂ ਦੀ ਜ਼ਿੰਦਗੀ ਤੇ ਫਿਲਮ ਸਿੱਧੂ ਮੂਸੇ ਵਾਲੇ ਦੀ ਜ਼ਿੰਦਗੀ ਡਾਕੂਮੈਂਟ ਦੇ ਵਿੱਚ ਹੋਣੀ ਚਾਹੀਦੀ ਆ ਲੋਕ ਉਹਨੂੰ ਦੇਖਣ ਲੋਕ ਉਤੋਂ ਨੌਜਵਾਨੀ ਕੋਈ ਸੇਧ ਲੈ ਲਈ ਜਾਂ ਕਹਿ ਲੋ ਕਿ ਪ੍ਰਚਾਰ ਹੀ ਲਾ ਲੋ ਪਰ ਇਹ ਇਹ ਮੌਕਾ ਨਹੀਂ ਸੰਦੀਪ ਇਹ ਮੌਕਾ ਨਹੀਂ ਹੈਗਾ ਕਿਉਂਕਿ ਅਜੇ ਇਨਸਾਫ ਨਹੀਂ ਮਿਲਿਆ ਪਰਿਵਾਰ ਨੂੰ ਔਰ ਔਰ ਮੈਂ ਕਹਿਣਾ ਕਿ ਜੇ ਸਿੱਧੂ ਤੇ ਫਿਲਮ ਬਣੇ ਇਮਤੀਆਜ਼ ਅਲੀ ਵਰਗੇ ਡਾਇਰੈਕਟਰ ਜਰੂ ਐਸਪਾਸੇ ਸੋਚਣ ਜਿਨ੍ਹਾਂ ਦੇ ਵੱਲੋਂ ਹੁਣ ਚਮਕੀਲਾ ਬਣਾਈ ਜਾ ਰਹੀ ਹੈ ਹੁਣ ਚੜੇ ਸਾਲ ਚਮਕੀਲਾ ਆਉਣੀ ਹੈ ਮਤਲਬ ਕੋਈ ਇੱਕ ਵੱਡਾ ਡਾਇਰੈਕਟਰ ਜਿਹੜਾ ਇਹਨੂੰ ਪੂਰੀ ਤਰ੍ਹਾਂ ਦੇ ਨਾਲ ਕਿਉਂਕਿ ਕਰੈਕਟਰ ਸਿੱਧੂ ਦਾ ਬਹੁਤ ਵੱਡਾ ਸੀ ਕੋਈ ਚਾਂਸ ਨਹੀਂ ਲੈ ਸਕਦੇ ਪਰਿਵਾਰਕ ਮੈਂਬਰ ਪਰ ਪਰਿਵਾਰ ਦੀ ਸਹਿਮਤੀ ਦੇ ਨਾਲ ਹੋਵੇਗਾ ਪਰ ਅੱਜ ਜਦੋਂ ਲੱਖੇ ਸਿਧਾਣੇ ਨੂੰ ਪੁਲਿਸ ਧੂ ਤੂ ਕੇ ਲੈ ਜਾਂਦੀ ਸੀ ਨਾ ਪਿਛਲੇ ਦਿਨਾਂ ਦੇ ਵਿੱਚ ਇੱਕ ਦੋ ਦਿਨ ਪਹਿਲਾਂ ਦੀ ਗੱਲ ਆ ਤਾਂ ਮੈਨੂੰ ਐ ਲੱਗਿਆ ਵੀ ਜੇ ਸਿੱਧੂ ਹੁੰਦਾ ਨਾ ਉੱਥੇ ਕਿਤੇ ਹੂੰ ਤਾਂ ਉਹਨੇ ਹੱਕ ਡਾ ਕੇ ਕਹਿਣਾ ਸੀ ਵੀ ਲੱਖੇ ਨਾਲ ਚਾਹੇ ਮੇਰੇ 100 ਗਿਲੇ ਹੋਣ ਪਰ ਪੰਜਾਬੀ ਦਾ ਸਭ ਦੀ ਸਾਂਝੀ ਹੈ ਹੂੰ ਮਾਂ ਬੋਲੀ ਘਰਾਂ ਚੋਂ ਕੱਢਣ ਨਹੀਂ ਦੇਣੀ ਸੀ ਉਹਨੇ ਮਾਂ ਦੇ ਪੁੱਤ ਨੇ ਸਿੱਧੂ ਮੂਸੇਵਾਲਾ ਫਿਰ ਉਹਦੇ ਵਿੱਚ ਕਹਿੰਦਾ ਹੀ ਆ ਬੰਬੀਹਾ ਬੋਲੇ ਚ ਪਹਿਲਾ ਧਰਮ ਕਿਸਾਨੀ ਬਿਲਕੁਲ ਇਹ ਇਹ ਫਿਰ ਇਹ ਇਹ ਕੋਈ ਕਲਾਕਾਰ ਦੇ ਲਈ ਆ ਚੀਜ਼ ਕਹਿਣੀ ਬਹੁਤ ਵੱਡੀ ਗੱਲ ਹੁੰਦੀ ਆ ਇਹ ਇਹ ਉਹਦੇ ਹਿੱਸੇ ਆ ਯਾ ਨਾ ਕਈ ਇਹ ਨਾ ਤੁਸੀਂ ਮਤਲਬ ਜਾਣੇ ਹੋ ਤਾਂ ਕਈ ਚੀਜ਼ਾਂ ਤੁਹਾਨੂੰ ਉਦੋਂ ਧਿਆਨ ਚ ਨਹੀਂ ਆਉਂਦੀਆਂ ਜਿਵੇਂ ਮੈਂ ਨਾ ਅੱਜ ਪੰਜਾਬ ਗਾਣਾ ਦੁਬਾਰਾ ਸੁਣ ਰਿਹਾ ਸੀ ਵੈਸੀ ਤਾਂ ਉਹਦੇ ਵਿੱਚ ਵੀ ਉਹ ਕਹਿੰਦਾ ਹੁੰਦਾ ਵੀ ਹਲੇ ਵੀ ਮੌਕਾ ਮੋੜ ਲੈ ਰੁੱਖ ਤੂੰ ਡੰਡਿਆਂ ਦੇ ਹਲੇ ਵੀ ਅੱਖਾਂ ਮੋੜ ਲੈ ਤੂੰ ਰੁੱਖ ਡੰਡਿਆਂ ਦੇ ਨਹੀਂ ਤੋ ਹਲੇ ਤੋ ਕੇਸਰੀ ਨਾ ਕਿਤੇ ਰੰਗ ਹੋ ਜਾਣਾ ਝੰਡਿਆਂ ਦੇ ਹਾਂ ਤਾਂ ਮੈਨੂੰ ਇਹ ਲੱਗਦਾ ਸੀ ਵੀ ਇਹ ਗੱਲਾਂ ਕਿਤੇ ਨਾ ਕਿਤੇ ਨਾ ਸਰਕਾਰਾਂ ਨੂੰ ਰੜਕੀਆਂ ਤਾਂ ਹੋਣੀਆਂ ਬਿਲਕੁਲ ਬਈ ਬਿਲਕੁਲ ਜੇ ਕੋਈ ਚੁੰਡੀ ਵੱਡੀ ਜਾਂਦੀ ਕਿਆ ਉਹਦਾ ਅਸਰ ਤਾਂ ਦੇਖੋ ਹੁੰਦਾ ਹੀ ਔਰ ਸਿੱਧੂ ਦੇ ਜਿਹੜੇ ਬੋਲ ਸੀ ਨਾ ਉਹ ਫਿਰ ਤੁਸੀਂ ਲਾ ਲੋ ਕਿ ਐ ਲਾਲੋ ਕਿ ਜਿਵੇਂ ਪਿਸਤੌਲ ਹੀ ਕੌਕ ਹੀ ਕੀਤੀ ਹੋਈ ਸੀ ਹਰ ਇੱਕ ਚੀਜ਼ ਉਹਦੀ ਕੱਲੀ ਕੱਲੀ ਚੀਜ਼ ਦਾ ਮਤਲਬ ਬਟਾ ਸੀ ਤੇ ਇਹੀ ਗੱਲ ਸੀ ਕਿਉਂਕਿ ਕਾਰਨ ਤੁਸੀਂ ਇਹ ਦੇਖੋ ਜਦੋਂ ਗੀਤ ਦਾ ਵੀਡੀਓ ਚੱਲਦਾ ਤਾਂ ਉਹਦੇ ਵਿੱਚ ਸਾਡਾ ਦਰਬਾਰ ਸਾਹਿਬ ਆ ਕਿਵੇਂ ਢਹ ਢੇਰੀ ਹੋਇਆ ਸਾਰੀਆਂ ਚੀਜ਼ਾਂ ਆਉਂਦੀਆਂ ਨੇ ਤਾਂ ਕਿਤੇ ਨਾ ਕਿਤੇ ਉਹਨੂੰ 3-4 ਕਰੋੜ ਬੰਦਾ ਸੁਣਦਾ ਤਾਂ ਡਰਤਾ ਪੈਂਦਾ ਹੀ ਆ ਫਿਰ ਆ ਬਿਲਕੁਲ ਤੁਸੀਂ ਐਸਵਾਈਐਲ ਦਾ ਜ਼ਿਕਰ ਕਰ ਲਓ ਤੁਸੀਂ ਦੇਖੋ ਕਿ ਮਿਲਦਾ ਤਾਂ ਕਿ ਜਿੰਨੀ ਹਾਈਪ ਐਸਵਾਈਐਲ ਗੀਤ ਦੀ ਰਹੀ ਆ ਔਰ ਉਨਿਓ ਹੀ ਹਾਈਪੋਸ ਤੋਂ ਬਾਅਦ ਵਾਚ ਆਊਟ ਦੀ ਆ ਔਰ 12 ਤਰੀਕ 12 ਵਜੇ ਲੋਕਾਂ ਨੇ ਅਲਾਰਮ ਲਾ ਲਏ ਹੋਣੇ ਤੇ ਉਹ ਸਾਰੇ ਐਂ ਸੋਚਦੇ ਆ ਕਿ ਗੀਤ ਯਾਰ ਕੋਈ ਤਾਂ ਝਲਕ ਮਿਲ ਜੇ ਕੋਈ ਪਤਾ ਲੱਗ ਜਾਏ ਗੀਤ ਦਾ ਆਪਣੇ ਮਨ ਦੇ ਵਿੱਚ ਹੀ ਲੋਕੀ ਕਹਾਣੀਆਂ ਬਣਾਈ ਜਾਂਦੇ ਯਾਰ ਗੀਤ ਐ ਹੋਊਗਾ ਸ਼ੇਰ ਦੀ ਫੋਟੋ ਆ ਵਿੱਚ ਉਹ ਕਟਾਰ ਜੀ ਫੜੀ ਆ ਸ਼ੇਰ ਨੇ ਦੰਦਾ ਥੱਲੇ ਦੱਬੀ ਆ ਲੱਗਦਾ ਸਿੱਧੂ ਦੇ ਗੀਤ ਨੇ ਵੀ ਐਂ ਦੱਬ ਲੈਣੇ ਆ ਚੜਦੇ ਤੋਂ ਚੜਦੇ ਸਾਡੇ ਨਾ ਬਾਪੂ ਹੁਣੇ ਕਹਿੰਦੇ ਸੀ ਵੀ ਹਾਲ ਜਨਾਂ ਡੂੰਗਾ ਬਾਈ ਐ ਨਾ ਤੇ ਓਨੇ ਜਿਆਦਾ ਫਸਲ ਨਿਕਲਦੀ ਆ ਤੇ ਮੈਨੂੰ ਲੱਗਦੀ ਐ ਕਿ ਸਿੱਧੂ ਮਸੇਵਾਲੇ ਨੇ ਜਿਸ ਹਿਸਾਬ ਨਾਲ ਡੂੰਗਾ ਜਾ ਹੋ ਕੇ ਗਾਣਾ ਕੱਢਣਾ ਐ ਕਾਫੀ ਚਿਰ ਬਾਅਦ ਇਹ ਸੰਦੀਪ ਇਹ ਗੀਤ ਨਾ ਜਿਵੇਂ ਕੰਬਾਈਨ ਚੱਲਦੀ ਆ ਨਾ ਉਹ ਰੜਾਈ ਕਰਦੀ ਜਾਂਦੀ ਆ ਸਿਸਟਮ ਨੂੰ ਉਹੀ ਚੀਜ਼ ਆ ਬਸ ਬਿਲਕੁਲ ਉਵੇਂ ਹੀ ਚੱਲਣੀ ਆ ਇਹ ਮਤਲਬ ਗੀਤ ਬਹੁਤ ਵੱਡਾ ਗੀਤ ਆ ਇੰਨੀ ਗੱਲ ਆਪਾਂ ਦੱਸ ਦਈਏ ਜਿੰਨਾ ਕਿ ਚਲੋ ਆਪਣੇ ਸਭ ਦੇ ਸੋਰਸ ਹੁੰਦੇ ਆ ਜਿੰਨਾ ਕਿ ਸਾਨੂੰ ਪਤਾ ਮੈਂ ਕਹਿੰਦਾ ਬਹੁਤ ਵੱਡਾ ਗੀਤ ਆ ਲੋਕਾਂ ਨੇ ਕਹਿਣਾ ਕਿ ਯਾਰ ਕਮਾਲ ਕਰਤੀ ਸਿੱਧੂ ਨੇ ਔਰ ਆ ਹੁਣ ਵਿਆਹ ਆ ਗਏ ਬਸ ਫਿਰ ਰਿਪੀਟ ਇਹੀ ਹੋਇਆ ਕਰਨਾ ਇਹਦੇ ਅੱਗੇ ਥੋੜਾ ਜਿਹਾ ਉਹਨਾਂ ਨੇ ਉਹ ਲਾ ਲੈਣਾ ਉਹ ਜਿਹੜੇ ਡੀਜੇ ਵਾਲੇ ਹੁੰਦੇ ਆ ਆ ਗਿਆ ਉਹ ਆ ਗਿਆ ਉਹ ਫਿਰ ਇਸ ਤੋਂ ਬਾਅਦ ਆਈ ਵਾਚ ਆਊਟ ਬਸ ਚਲੋ ਆਖਰ ਦੇ ਵਿੱਚ ਅਸੀਂ ਤਾਂ ਇਹੀ ਕਵਾਂਗੇ ਕਿ ਸਿੱਧੂ ਜਿਵੇਂ ਗੀਤ ਦੇ ਵਿੱਚ ਕਹਿੰਦਾ ਹੁੰਦਾ ਸੀ ਕਿ ਜਦੋਂ ਦੀ ਕਲਮ ਚੋਬਰ ਨੇ ਚੱਕੀ ਕੱਲਾ ਫਿਰਦਾ ਸਭ ਨੂੰ ਧੱਕੀ ਤਾਂ ਮੈਨੂੰ ਲੱਗਦੀ ਵੀ ਰੋਕਿਆ ਡੱਕਿਆ ਕਿਸੇ ਤੋਂ ਜਾਣਾ ਨਹੀਂ ਫਿਰ ਉਹ ਉਹ ਵੀ ਗੱਲ ਫਿਰ ਜ਼ਿਕਰ ਜ਼ਰੂਰ ਕਰਨਾ ਬਣਦਾ ਕਿ ਭੱਜੀ ਫਿਰੇ ਡਰੀ ਫਿਰੇ ਇੰਡਸਟਰੀ ਜੱਟ ਫਿਰੇ ਟਹਿਲਦਾ ਹਾਂ ਬਿਲਕੁਲ ਹਾਂ ਹੋਰ ਵੀ ਕੁਝ ਗੱਲਾਂ ਸਾਡੇ ਮਨ 'ਚ ਸੀਗੀਆਂ ਤਾਂ ਮੈਂ ਚਾਹੁੰਦਾ ਜਦੋਂ ਗੀਤ ਆਊਗਾ ਉਹ ਵੀ ਉਦੋਂ ਸਾਂਝੀਆਂ ਕਰਾਂ ਬਿਲਕੁਲ ਬਿਲਕੁਲ ਔਰ ਸਾਂਝੀਆਂ ਕਰਾਂਗੇ ਔਰ ਸੰਦੀਪ ਇੱਕ ਮੈਂ ਚੀਜ਼ ਹੋਰ ਕਹਿਣੀ ਚਾਹਣਾ 12 ਤਰੀਕ ਆਪਾਂ ਹਵੇਲੀ ਤੋਂ ਲਾਈਵ ਦਿਖਾਵਾਂਗੇ ਲੋਕਾਂ ਨੂੰ ਉਹ ਸਾਰਾ ਮੌਕਾ ਕਿਉਂਕਿ ਜਿਹੜੀ ਅਪਣਤ ਉੱਥੇ ਜਾ ਕੇ ਉਹਨਾਂ ਨੂੰ ਦਿਖਾਈ ਜਾ ਸਕਦੀ ਹੈ ਉਹ ਸਟੂਡੀਓ 'ਚ ਬੈ ਕੇ ਨਹੀਂ ਫੀਲ ਆਉਣੀ ਉੱਥੇ ਜਾ ਕੇ ਦਿਖਾਵਾਂਗੇ ਲੋਕਾਂ ਨੂੰ ਬਿਲਕੁਲ ਉਹ ਟਿੱਬਿਆਂ ਦੇ ਪੁੱਤ ਦੀ ਗੱਲ ਤਾਂ ਫਿਰ ਟਿੱਬਿਆਂ ਜਾ ਕੇ ਹੀ ਹੋਊਗੀ